नमस्कार आदाब सत श्री अकाल, मैं हूं जॉनी नेगी और आप देख रहे हैं जम्मू ट्रिब्यून। आपको जैसे पता है जम्मू कश्मीर में विधानसभा का जो चुनाव प्रचार है वो जोर शोर से चल रहा है और नौशहरा में एनसी कैंडिडेट मिस्टर सुरेंद्र चौधरी जी जन जन तक अपनी बात पहुंचाने की कोशिश जो है वो कर रहे हैं। कल के दिन उन्होंने लंबेड़ी, बगनोटी, डंडेसर और प्लासी हिल्स जैसे इलाकों में अपनी सभाएं की, जिसमें उनको लोगों का जो है भरपूर प्यार और समर्थन मिल रहा है। ਕਾਂਗਰਸ ਦਾ ਮੁੜ ਕੇ ਰਾਜੀਵ ਗਾਂਧੀ ਆਪਣਾ ਰਾਹੁਲ ਗਾਂਧੀ ਖੜਾ ਹੋ ਗਿਆ ਤੇ ਤੁਸੀਂ ਖਾਤੇ 15 ਲੱਖ ਨਹੀਂ ਆਏ। ਰਾਹੁਲ ਗਾਂਧੀ ਇੱਕੋ ਸਵਾਲ ਪੁੱਛਿਆ ਕਿ ਫੌਜ ਦੀ ਭਰਤੀ ਕਿਉਂ ਬੰਦ ਕੀਤੀ, ਕਿਆ ਜਵਾਬ ਦੇ ਸਕੇ? ਉਸਨੇ ਪਹਿਲੇ ਭਾਸ਼ਣ, ਰਾਹੁਲ ਗਾਂਧੀ ਨੇ ਪਹਿਲੇ ਭਾਸ਼ਣ ਚ ਪ੍ਰਾਈਮ ਮਿਨਿਸਟਰ ਆਪੇ ਉੱਠਣਾ ਪੈ ਗਿਆ, 9 ਕੈਬਨਿਟ ਮਿਨਿਸਟਰ ਉੱਠੇ। ਅੱਜ ਕਿਤਨੀ ਬੁਖਲਾਟ ਹੈ ਇਹਨਾਂ ਨੇ, ਇਹ ਸਮਝਣ ਦੀ ਕੋਸ਼ਿਸ਼ ਕਰੋ। ਮੀਂਹ ਪਰਸੂ ਕਹਿ ਰਿਹਾ ਸੀ, ਰਾਣਾ ਸਾਹਿਬ ਕਹਿ ਰਿਹਾ ਮੈਂ ਮੋਦੀ ਸਾਹਿਬ ਹੀ ਬੁਲਾ ਸਾਂ, ਨਿਸ਼ਰਾਵੇ ਜਲਸਾ ਕਰ ਸੀ ਮੈਂ ਇਸ ਨੂੰ ਗੱਡੀਆਂ ਪੈਸੇ ਦੀਆਂ ਗੱਡੀਆਂ
ਗੱਡੀਆਂ ਜਿਹੜੀਆਂ ਆ ਰਹੀਆਂ ਨਾ ਲੋਕਾਂ ਹੀ ਬਚਾਓਗੇ ਨਾ ਲੋਕਾਂ ਨੇ ਆਖਿਆ 10 ਦਿਨ ਖਾਣਗੇ ਮੁੜੀ 5 ਸਾਲ ਤੁਸੀਂ ਭੁੱਖਿਆ ਮਾਰਨਗੇ ਫੈਸਲਾ ਤੁਸੀਂ ਨੇ ਕਿ 10 ਦਿਨ ਅਸੀਂ ਮਾਰਨੀ ਜਾਂ 5 ਸਾਲ ਅਸੀਂ ਮਾਰਨੀ ਹੈ ਅਗਰ 10 ਦਿਨ ਨਹੀਂ ਮਾਰੋਗੇ ਤੋ 5 ਸਾਲ ਸੁਰਿੰਦਰ ਚੌਧਰੀ ਤੁਸੀਂ ਅਸੀਂ ਮਰਵਾਏਗਾ ਵਾਅਦਾ ਤੁਸੀਂ ਮਾਰੇ ਬਹੁਤ ਬਹੁਤ ਸ਼ੁਕਰੀਆ ਤੁਸਾਂ ਸਾਰਿਆਂ ਦਾ ਕਿ ਤੁਸਾਂ ਸਾਰਿਆਂ ਕੀਮਤੀ ਟਾਈਮ ਕੀਤਾ ਕੱਢਿਆ ਮਿਹਨਤ ਕੀਤੀ ਲੇਕਿਨ 5 ਤਾਰੀਖ ਤੁਸਾਂ ਨਾਲ ਵੋਟ ਪੈਣਾ ਹਲ ਨਾ ਬਟਨ ਦਬਾ ਕੇ ਸੁਰਿੰਦਰ ਚੌਧਰੀ ਕਾਮਯਾਬ ਕਰਿਓ 20 ਤਾਰੀਖ ਮੀਆਂ ਅਲਤਾਫ ਸਾਹਿਬ ਔਰ ਉਮਰ ਸਾਹਿਬ ਨਿਸ਼ਾਨਾ ਆ ਰਹੇ ਉਸਨੇ ਵਾਸਤੇ ਤੁਸੀਂ ਸਾਰੇ ਸਾਦਾ ਦੇ ਕੇ ਜਾ ਰਿਹਾ 9 ਵਜੇ ਕਿਉਂਕਿ ਪਹਿਲਾ ਜਲਸਾ ਸਾਡਾ 9 ਵਜੇ ਨਿਸ਼ਾਨਾ ਬੱਸ ਸਟੈਂਡ ਤੁਸਾਂ ਪਹੁੰਚਣਾ ਇਹਨਾਂ ਸ਼ਬਦਾਂ ਨਾਲ ਤੁਸਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਇੱਕ ਦੋ ਨਾਰੇ ਲਾਉਣਾ ਦੋ ਹੱਥ ਖੜੇ ਕਰਕੇ ਦੇਖਾਂ ਤੁਸੀਂ ਕੋਈ ਹੈ ਹਰਾਣੇ ਨਹੀਂ ਤਾਕਤ ਹੈ ਵੀ ਹੈ ਮੈਂ ਗੱਲਾਂ ਮੀਂਹ ਡੰਗੀ ਠੱਗਿਆ ਕਰਨੇ ਨੈਸ਼ਨਲ ਬਗਾਨੇ ਨਾ ਕਰੀ ਦੱਸੋ ਨਾ ਮੇਰੇ ਬਜ਼ੁਰਗਾਂ ਮੇਰੇ ਵੀਰਾਂ ਜਦੋਂ ਤੁਸੀਂ ਜੋਤ ਜੋੜੀਆ ਚੋਟਾ ਹੀ ਨੇ MLA ਬਣਾਇਆ ਸੀ ਤੁਸੀਂ ਨੇ ਬੱਚੇ ਫੌਜ ਵਿੱਚ ਭਰਤੀ ਹੋਣੇ ਸਨ ਤੁਸੀਂ ਨੇ ਬੱਚੇ ਪੁਲਿਸ ਵਿੱਚ ਭਰਤੀ ਹੋਣੇ ਸਨ ਤੁਸੀਂ ਨੇ ਬੱਚੇ ਦਿੱਲੀ ਵਿੱਚ ਭਰਤੀ ਹੋਣੇ ਸਨ ਤੁਸੀਂ ਨੇ ਬੱਚੇ ਮਾਸਟਰ ਲੱਗਣੇ ਸਨ ਤੁਸੀਂ ਨੇ ਬੱਚੇ ਰੈਬਰੇ ਤਾਲੀਮ ਲੱਗਣੇ ਸਨ ਮਾਸਟਰ ਅੱਜ ਇਲੈਕਸ਼ਨ ਹੋ ਰਿਹਾ ਮੇਰੇ ਬਜ਼ੁਰਗੋ ਮੇਰੇ ਵੀਰੋ 2024 ਜਿਹੜਾ ਅਸੀਂ ਖੜੇ ਹਾਂ ਮੇਰੇ ਵੀਰਾ ਤੂੰ ਆਏ ਵਾਪਸ ਬੜੇ ਚਿਰਾ ਬਾਅਦ ਮੁੜਿਆ ਔਰ ਆਇਆ ਔਰ ਤੂੰ ਦੱਸ ਉਹਨਾਂ ਲੋਕਾਂ ਹੀ ਪਹਿਲੇ ਤੇ ਤੂੰ ਬੜੀ ਕੋਸ਼ਿਸ਼ ਕੀਤੀ ਕਿ ਮੈਂ ਤੂੰ ਨਸੀ ਜਾ ਮੈਂ ਕਦੋਂ ਹੋਰ ਇਲੈਕਸ਼ਨ ਲੜਾਂ ਕਿਉਂਕਿ 2014 ਤਾਂ ਝੂਠ ਮਾਰ ਲਿਆ ਸੀ ਇਸੀ ਲੰਮੇੜੀ ਨੀ ਧਰਤੀ ਪਰ ਇੱਥੇ ਹੀ ਆਖਿਆ ਸੀ ਨਾ ਉਸਨੇ ਕਿ ਸੁਰਿੰਦਰ ਚੌਧਰੀ ਮੈਂ ਮਾਰਿਆ ਇੱਥੇ ਹੀ ਆਖਿਆ ਸੀ ਨਾ ਉਸਨੇ ਉਹ ਡਰਾਮਾ ਕਰਕੇ ਵੋਟ ਲੈ ਗਿਆ ਸੀ ਮੇਰਾ ਵੀਰ ਮੇਰੇ ਵੀਰਾ ਅੱਜ ਤੁਸੀਂ ਇਸ ਲੰਮੇੜੀ ਦੀ ਧਰਤੀ ਤੋਂ ਪੁੱਛਣਾ ਕਿ ਦੱਸ ਅਗਰ ਤੁਸੀਂ ਮੈਂ ਮਾਰਿਆ ਸੀ ਤੂੰ ICU ਦੇ ਉੱਪਰ ਜੰਮੂ ਮੈਡੀਕਲ ਕਾਲਜ ਦੀ ਭਰਤੀ ਹੋਇਆ ਸੀ ਔਰ ICU ਬੈਡ ਤੁਸੀਂ ਲੱਭਾ ਸੀ ਨੀ ਲੱਭਾ ਜਾਮਨਾ ਸਾਹਿਬ ਦੀ ਆਕਸੀਜਨ ਚੜਾਈ ਬੈਠੇ ਸਨ ਜੇ ਮੈਂ ਇਤਨੀ ਜ਼ੋਰ ਨਾਲ ਮਾਰਿਆ ਸੀ ਜਿਹੜਾ ਬੰਦਾ ਸਿੱਧਾ ਆਈਸੀਯੂ ਬੈਡ ਪਰ ਜਦ ਲੇਟਿਆ ਫਿਰ ਉਹਨਾਂ 10 ਸਾਲਾਂ ਉਹ ਪਰਚਾ ਕੁੱਠਾ ਹੋਏ ਉਹ ਕੇਸ ਕੁੱਥੇ ਮਾਰੇ ਪਰ ਕੇਸ ਹੋਣਾ ਚਾਹੀਦਾ ਸੀ ਕਿ ਮੈਂ ਇਤਨੀ ਜ਼ੋਰ ਨਾਲ ਮਾਰਿਆ ਸੀ ਤੇ ਹੋਣਾ ਚਾਹੀਦਾ ਸੀ ਨਾ ਇੱਥੇ ਵੀ ਬਣਾਈ ਕੋਈ ਚੰਗ ਮਾਰੀ ਛੋੜੋ ਤਾਂ 20 ਦਿਨ ਪੁਲਿਸ ਖੇੜਾ ਨਹੀਂ ਛੋੜਨੀ ਹੈ ਤੇ ਇੱਕ ਬੰਦਾ ICU ਬੈਡ ਪਰ ਚਾਹੀਦਾ ਲੇਟਿਆ ਤੂੰ ਪਰਚਾ ਮਾਰੇ ਪਰ ਕਿਉਂ ਨਹੀਂ ਲੱਗਾ ਜੀ ਮੈਂ ਅੰਦਰ ਕੀ ਨਾ ਹੋਇਆ ਜੀ ਇਸ ਦਾ ਮਤਲਬ ਝੂਠ ਸੀ ਨਾ ਬੋਲੋ ਝੂਠ ਸੀ ਫਲਾਰ ਸਿੰਘ ਇਹਨਾਂ 10 ਸਾਲਾਂ ਬਾਅਦ ਜਦੋਂ ਤੂੰ ਮੁੜਿਆ ਬੜੀ ਕੋਸ਼ਿਸ਼ ਕੀਤੀ ਮੈਂ ਜੰਮੂ ਤੋਂ ਇਲੈਕਸ਼ਨ ਲੜਾਂ ਮੈਂ ਉਧਰੋਂ ਲੜਾਂ ਮੈਂ ਉਧਰੋਂ ਲੜਾਂ ਇਸ ਨਾਲ ਹਾਲੇ ਮੇਰੇ ਬਰਾਬਰ ਨੇ ਉਮਰ ਨੇ ਜੇ ਲੋਕ ਜਿੰਨਾ ਅੱਲਾਂ ਪਈ ਹਨ ਜੂਠ ਤੱਕੇ ਨਵੇਂ ਮੁੜਿਆ ਜੂਠ ਕੋਈ ਤੱਕੇ ਪੁਰਾਣਿਆਂ ਤੱਕੇ ਸਾਰੇ ਨਵਿਆਲ ਵੀ ਹੋਣਾ ਸੀ ਇੱਕ ਦਾਂਦ ਇੱਕ ਬੜਾ ਤੇਜ਼ ਹੋਣਾ ਸੀ ਇੱਕ ਢਿੱਲਾ ਹੋਣਾ ਸੀ ਜਿਹੜਾ ਢਿੱਲਾ ਹੋਣਾ ਸੀ ਨਾ ਜਿਲ੍ਹਾ ਜੂਠ ਸਾਹਮਣੇ ਕਰੋ ਨਾ ਉਹ ਨੱਸ ਜਾਣਾ ਸੀ ਕਿ ਮੈਂ ਜੂੜਨ ਲੱਗਿਆ ਨਸਲੇ ਦੀ ਨਸਲੇ ਤਾਂ ਜਿਹੜੇ ਕਮਜ਼ੋਰ ਹੋਣ ਇਹ ਮੇਰਾ ਵੀਰ ਵੀ ਜਿਲ੍ਹਾ ਤੱਕ ਹੁਣ ਇਲੈਕਸ਼ਨ ਆਈ ਆ ਮੁੜੀ ਸੁਰਿੰਦਰ ਚੌਧਰੀ ਸਾਹਮਣੇ ਪਹਿਲਾਂ ਤਾਂ ਸੁਖਨਾ ਲਾਉਣੇ ਮੈਂ ਪਿੱਛੇ ਜਾ ਬਿਮਾਰ ਕਿਆ ਹੋਈ ਆ 6-7 ਮਹੀਨੇ ਇਹਨਾਂ ਸੋਚਿਆ ਲੋਕਾਂ ਤੁਸੀਂ ਆਖਣੇ ਸੁਰਿੰਦਰ ਚੌਧਰੀ ਨੂੰ ਹਾਰਟ ਅਟੈਕ ਹੋਈ ਹੈ ਅਟੈਕ ਫੇਲ ਹੋਈ ਹੈ ਉਹ ਨਹੀਂ ਆਉਣਾ ਉਤਰੋ ਅਟੈਕ ਮਾਰਾ ਨਹੀਂ ਫੇਲ ਤੁਸਾਂ ਹੋਇਆ ਕਰਨਾ ਹੈ ਮੇਰੇ ਬਜ਼ੁਰਗਾਂ ਮੇਰੀਆਂ ਮਾਤਾ ਮੇਰੇ ਬਜ਼ੁਰਗਾਂ ਮੇਰੀਆਂ ਮਾਤਾ ਤੁਸਾਂ ਬੱਚਾ ਤੁਸਾਂ ਦੁਆਵਾਂ ਨਾਲ ਫਿਰ ਸਾਹਮਣੇ ਖੜਾ ਹੈ ਆਪਰੇਸ਼ਨ ਹੀ 2 ਮਹੀਨੇ ਹੋਏ ਨੇ
ਲੇਕਿਨ ਲੱਭ ਰਿਹਾ ਕਿ ਆਪਰੇਸ਼ਨ ਕਰਾ ਕੇ ਆਇਆ। ਇਹ ਤਾਕਤ ਮੇਰੇ ਗਰੀਬਾਂ ਦੀ ਤਾਕਤ ਮੇਰੇ ਪਿੱਛੇ, ਤਾਂ ਸੁਰਿੰਦਰ ਚੌਧਰੀ ਮਜ਼ਬੂਤ ਖੜਾ ਹੈ।